ਸਾਤਸ੍ਰੀ ਅਕਾਲ ਤੁਸੀਂ ਦੇਖ ਰਹੇ ਆ ਪੰਜਾਬ ਮੇਲ ਯੂਐਸਏ ਟੀਵੀ ਮੈਂ ਬਰਨ ਕਾਰਬਾਨ ਖਬਰਾਂ ਦੇ ਬ੍ਰਿਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰਾਂ ਦੇ ਬ੍ਰਿਟਨ ਦੇ ਸਪான்ਸਰ ਨੇ ਰੇਲਟਰ ਗੁਰਜਤੇન્દ્ર ਸਿੰਘ ਰੰਦਾਵਾ ਇਹਨਾਂ ਤੋਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦੀ ਵਿੱਚ ਜਾ ਸਕਦੀ ਹੈ ਇਹਨਾਂ ਦੇ ਫੋਨ ਨੰਬਰ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤੇ ਹੁਣ ਪੇਸ਼ ਤੇ ਪਹਿਲਾਂ ਚੁਣਦੀਆਂ ਖਬਰਾਂ ਭਾਰਤ ਤੋਂ ਬਾਅਦ ਹੁਣ ਹੋਰ ਦੇਸ਼ਾਂ ਦੇ ਲੋਕ ਵੀ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਚ ਹੋ ਰਹੇ ਨੇ ਦਾਖਲ 650 ਲੋਕ ਮੈਕਸੀਕੋ ਸਰਹੱਦ ਪਾਰ ਕਰਦੇ ਹੋਏ ਗ੍ਰਿਫਤਾਰ ਅਮਰੀਕਾ ਚਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੈਨਟ ਦੇ ਵਿੱਚ ਟਾਈ ਬ੍ਰੇਕਿੰਗ ਵੋਟ ਨਾਲ ਰਚਿਆ ਇਤਿਹਾਸ ਸੁਖਨਾ ਝੀਲ ਦੇ ਫਲੱਡ ਗੇਟ ਮੁੜ ਖੋਲੇ ਚੰਡੀਗੜ੍ਹ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਇਨ੍ਹਾਂ ਇਲਾਕਿਆਂ ਦੇ ਵਿੱਚ ਨਾ ਜਾਣ ਦੀ ਕੀਤੀ ਹੈ ਅਪੀਲ ਕਿਹੜੇ ਕਿਹੜੇ ਇਲਾਕੇ ਨੇ ਦੱਸਾਂਗੇ ਵਿਸਥਾਰ ਵਿੱਚ ਸੀਮਾ ਹੈਦਰ ਨੂੰ ਪਾਕਿਸਤਾਨ ਨਾਲ ਭੇਜਿਆ ਤਾਂ 26 11 ਵਰਗੇ ਹੋਣਗੇ ਹਮਲੇ ਬੰਬਈ ਪੁਲਿਸ ਨੂੰ ਮਿਲੀ ਧਮਕੀ ਉਤਰੀ ਕੋਰੀਆ ਨੇ ਅਮਰੀਕਾ ਤੱਕ ਮਾਰ ਕਰਨ ਵਾਲੀ ਅੰਤਰਮਹਾਦੀਪੀ ਬੈਲਿਸਟਿਕ ਮਿਜ਼ਾਈਲ ਦੀ ਦੂਜੀ ਵਾਰ ਕੀਤੀ ਪਰਖ ਕੈਨੇਡਾ ਚ ਪ੍ਰਵਾਸੀਆਂ ਲਈ ਘਰ ਖਰੀਦਣਾ ਹੋਇਆ ਮਹਿੰਗਾ ਬੈਂਕ ਆਫ ਕੈਨੇਡਾ ਨੇ ਵਧਾਈਆਂ ਵਿਆਜ ਦਰਾਂ ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਅਮਰੀਕਾ ਕੈਨੇਡਾ ਸਣੇ ਦੇਸ਼ ਵਿਦੇਸ਼ ਦੀਆਂ ਹੋਰ ਬਹੁਤ ਸਾਰੀਆਂ ਖਬਰਾਂ ਭਾਰਤ ਤੋਂ ਹੁਣ ਚੀਨ ਦੇ ਲੋਕ ਵੀ ਅਮਰੀਕਾ ਦੇ ਵਿੱਚ ਡੌਂਕੀ ਲਾ ਕੇ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਚੀਨ ਦੇ ਲੋਕ ਬਾਰਡਰ ਪਾਰ ਕਰਦੇ ਫੜੇ ਵੀ ਗਏ ਨੇ ਚੀਨ ਤੋਂ ਹਜ਼ਾਰਾਂ ਲੋਕ ਰੋਜ਼ਗਾਰ ਅਤੇ ਆਜ਼ਾਦੀ ਦੀ ਭਾਲ ਵਿੱਚ ਗੈਰਕਾਨੂੰਨੀ ਢੰਗ ਦੇ ਨਾਲ ਅਮਰੀਕਾ 'ਚ ਦਾਖਲ ਹੋ ਰਹੇ ਨੇ ਇਹ ਦਾਵਾ ਇੱਕ ਮੀਡੀਆ ਰਿਪੋਰਟ ਵਿੱਚ ਕੀਤਾ ਗਿਆ ਹੈ ਇਸ ਦੇ ਮੁਤਾਬਕ ਅਕਤੂਬਰ 2022 ਤੋਂ ਮਾਰਚ 2023 ਦੇ ਦਰਮਿਆਨ ਅਮਰੀਕਾ ਮੈਕਸੀਕੋ ਸਰਹੱਦ 'ਤੇ 6500 ਚੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਖਾਸ ਕਰਕੇ ਇਹ ਹੈ ਕਿ ਇਹ ਅੰਕੜਾ 1 ਸਾਲ ਪਹਿਲਾਂ ਨਾਲੋ 15 ਗੁਣਾ ਜ਼ਿਆਦਾਏ ਗੈਰ ਕਾਨੂੰਨੀ ਟਾਂਗ ਦੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਚੀਨੀ ਲੈਟਿਨ ਅਮਰੀਕੀ ਦੇਸ਼ਾਂ ਦਾ ਰਸਤਾ ਅਪਣਾਉਂਦੇ ਨੇ ਇਹਨਾਂ ਦੇਸ਼ਾਂ ਵਿੱਚ ਉਹਨਾਂ ਨਾਲ ਬਲਤਕਾਰ ਲੁੱਟਖੋਟ ਅਤੇ ਕਤਲ ਦੀਆਂ ਅਣਗਿਣਤ ਘਟਨਾਵਾਂ ਹੁੰਦੀਆਂ ਨੇ ਚੀਨ ਦੀ ਸ਼ੀ ਜਿੰਗਪਿੰਗ ਸਰਕਾਰ ਭਾਵੇਂ ਚਾਈਨੀਜ਼ ਡ੍ਰੀਮ ਦੇ ਦਾਅਵੇ ਕਰੇ ਪਰ ਇੱਥੋਂ ਦੇ ਲੋਕ ਹਰ ਕੀਮਤੇ ਦੇਸ਼ ਛੱਡ ਕੇ ਭਜਣਾ ਚਾਹੁੰਦੇ ਨੇ ਹਾਲ ਹੀ ਵਿੱਚ ਅਮਰੀਕੀ ਮੀਡੀਆ ਹਾਊਸ ਆਫ ਫੌਕਸ ਨਿਊਜ਼ ਅਤੇ ਨਿਊਜ਼ ਏਜੰਸੀ ਰਾਈਟਰਸ ਨੇ ਚੀਨੀ ਨਾਗਰਿਕਾਂ ਦੇ ਅਮਰੀਕੀ ਸੁਪਨੇ ਤੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਚੀਨੀ ਪ੍ਰਵਾਸੀਆਂ ਦੇ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਰਿਪੋਰਟ ਦੀ ਗੱਲ ਸਹੀ ਸਾਬਤ ਹੁੰਦੀ ਹੈ ਅਕਤੂਬਰ 2022 ਤੋਂ ਮਾਰਚ 2023 ਦਰਮਿਆਨ ਅਮਰੀਕਾ ਮੈਕਸੀਕੋ ਸਰਹੱਦ ਤੇ ਪੈਂਟਸ ਤੋਂ ਚੀਨੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ 2021-22 ਦੀ ਇਸੇ ਮਿਆਦ ਦੇ ਦੌਰਾਨ ਇਹ ਅੰਕੜਾ 15 ਗੁਣਾ ਘਟ ਸੀ ਪਾਕਿਸਤਾਨ ਅਤੇ ਕਈ আফਰੀਕੀ ਦੇਸ਼ਾਂ ਦੇ ਨਾਗਰਿਕ ਬਿਹਤਰ ਜ਼ਿੰਦਗੀ ਦੀ ਭਾਲ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਯੂਰੋਪੀ ਦੇਸ਼ਾਂ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਨੇ ਪਿਛਲੇ ਮਹੀਨੇ 300 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਡੁੱਬ ਗਈ ਸੀ ਜਿਸ ਵਿੱਚ 220 ਲੋਕ ਸਵਾਰ ਸੀ ਜਿਨ੍ਹਾਂ ਦੇ ਮਰਨ ਦੀ ਪੁਸ਼ਟੀ ਹੋ ਚੁੱਕੀ ਹੈ ਇਸ ਵਿੱਚ ਜ਼ਿਆਦਾਤਰ ਪਾਕਿਸਤਾਨੀ ਸਨ ਹੁਣ ਚੀਨੀ ਨਾਗਰਿਕ ਇਸ ਖਤਰਨਾਕ ਅਤੇ ਘਾਤਕ ਰਸਤੇ ਤੇ ਚੱਲ ਰਹੇ ਨੇ ਫਰਕ ਕੇਵਲ ਇਹ ਹੈ ਕਿ ਉਹ ਸੜਕੀ ਰਸਤੇ ਅਤੇ ਮੋਟੀ ਰਕਮ ਖਰਚ ਕੇ ਅਮਰੀਕਾ ਪਹੁੰਚਣਾ ਚਾਹੁੰਦੇ ਨੇ ਫਾਕਸ ਨਿਊਜ਼ ਦੇ ਮੁਤਾਬਕ ਚੀਨ ਦੇ ਨਾਗਰਿਕ ਕਰੀਬ 6000 ਡਾਲਰ ਖਰਚ ਕੇ ਇਕਵਾਡੋਰ ਪਹੁੰਚੇ ਨੇ ਇਸ ਦਾ ਕਾਰਨ ਇਹ ਹੈ ਕਿ ਉਹਨਾਂ ਦੇ ਇੱਥੇ ਵੀਜ਼ਾ ਮੁਕਤ ਐਂਟਰੀ ਹੈ ਇਸ ਤੋਂ ਬਾਅਦ ਉਹ ਮੈਕਸੀਕੋ ਪਹੁੰਚ ਜਾਂਦੇ ਨੇ ਇਸ ਦੇ ਲਈ ਉਹਨਾਂ ਨੂੰ ਮੋਟੀ ਰਿਸ਼ਵਤ ਦੇਣੀ ਪੈਂਦੀ ਹੈ ਇਸ ਤੋਂ ਬਾਅਦ ਫਰਜ਼ੀ ਯਾਤਰਾ ਦਸਤਾਵੇਜ਼ ਮਿਲਦੇ ਨੇ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸੈਨੇਟ ਦੇ ਵਿੱਚ ਦੋਵਾਂ ਪਾਸਿਆਂ ਤੋਂ ਬਰਾਬਰ ਵੋਟਾਂ ਪੈਣ ਦੀ ਸਥਿਤੀ ਵਿੱਚ ਆਪਣੀ ਵੋਟ ਪਾ ਕੇ ਅਮਰੀਕਾ ਦੇ ਇਤਿਹਾਸ ਵਿੱਚ ਇੱਕ ਹੋਰ ਨਵਾਂ ਰਿਕਾਰਡ ਕਾਇਮ ਕੀਤਾ ਹੈ ਹੈਰਿਸ ਨੇ ਇਸ ਤਰ੍ਹਾਂ ਉਪ ਰਾਸ਼ਟਰਪਤੀ ਵਜੋਂ ਟਾਈ ਬ੍ਰੇਕਿੰਗ ਵੋਟ ਪਾ ਕੇ 191 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ ਕੀਤੀ ਅਤੇ ਸੰਗੀ ਏਜੰਸੀ ਦੇ ਮੈਂਬਰ ਵਜੋਂ ਭਾਰਤੀ ਮੂਲ ਦੀ ਕਲਪਨਾ ਕੁਟਾਗਲ ਦੀ ਨਾਮਜ਼ਦਗੀ ਦਾ ਸਮਰਥਨ ਕੀਤਾ ਹੈਰਿਸ ਨੇ ਇਸ ਤਰ੍ਹਾਂ ਸੈਨੇਟਰ ਜான் ਸੀ ਕੈਲਹੌਨ ਦੇ रिकॉर्ड दी बराबरी कर ली है कलहोन ने 1825 तो 1832 तक سابقا राष्ट्रपति जॉन क्वीन्स आर्म्स और एंड्रयू जैक्सन ਦੇ অধীন ਉਪ ਪ੍ਰਧਾਨ ਵਜੋਂ ਸੇਵਾ ਨਿਭਾਈ ਸੀ ਇਸ ਤੋਂ ਪਹਿਲਾ ਹੈਰਿਸ ਨੇ 2020 ਵਿੱਚ ਅਮਰੀਕਾ ਦੀ ਫਰਸਟ ਲੇਡੀ ਅਤੇ ਪਹਿਲੀ ਅਸ਼ਵੇਤ ਉਪ ਰਾਸ਼ਟਰਪਤੀ ਬਣ ਕੇ ਇਤਿਹਾਸ ਰਚਿਆ ਸੀ ਹੈਰਿਸ ਨੇ ਬੁੱਧਵਾਰ ਨੂੰ ਇਕਵਲ ਇੰਪਲੀਮੈਂਟਸ ਅਪਰਚੁਨਿਟੀ ਕਮਿਸ਼ਨ ਦੇ ਮੈਂਬਰ ਵਜੋਂ ਸੇਵਾ ਕਰਨ ਲਈ ਵਿਭਿੰਨਤਾ ਸਮਾਨਤਾ ਅਤੇ ਸਮਾਵੇਸ਼ ਦੀ ਮਾਹਿਰ ਕੋ ਟਾਗਲ ਦੀ ਨਾਮਜ਼ਦਗੀ ਲਈ ਆਪਣੀ ਵੋਟ ਪਾਈ ਇਕੁਅਲ এমਪਲॉयਮੈਂਟ ਓਪਰਚ्युनिटी ਕਮਿਸ਼ਨ ਸੰਗੀ ਕਾਨੂੰਨ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਸੰਸਥਾ ਹੈ ਇਹ ਕਮਿਸ਼ਨ ਕਿਸੇ ਵੀ ਨੌਕਰੀ ਦੇ ਬਿਨੇ ਕਾਰਜਾ ਕਰਮਚਾਰੀ ਨਾਲ ਉਸਦੀ ਨਸਲ ਰੰਗ ਧਰਮ ਲਿੰਗ ਰਾਸ਼ਟਰੀ ਮੂਲ ਉਮਰ ਅਪਾਸਤਾਜਾਂ ਜੈਨੇਟਿਕ ਜਾਣਕਾਰੀ ਦੇ ਆਧਾਰ ਤੇ ਵਿਤਕਰੇ ਨੂੰ ਰੋਕਣ ਦੇ ਲਈ ਕੰਮ ਕਰਦੀ ਹੈ ਚੰਡੀਗੜ੍ਹ ਵਿੱਚ ਇੱਕ ਵਾਰ ਫਿਰ ਪਾਣੀ ਦਾ ਪੱਧਰ ਵਧਣ ਕਾਰਨ ਸੁਖਨਾ ਝੀਲ ਦੇ ਫਲੱਡ ਗੇਟ ਖੋਲਣੇ ਪਏ ਗਏ ਸਨ ਇਸ ਕਾਰਨ ਚੰਡੀਗੜ੍ਹ ਦੇ ਕੁਝ ਇਲਾਕਿਆਂ ਜਿੱਥੋਂ ਸੁਖਨਾ ਝੀਲ ਨਿਕਲਦੀ ਹੈ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ ਜਿਸ ਦੇ ਮੱਦੇਨਜ਼ਰ ਚੰਡੀਗੜ੍ਹ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਕੇ ਲੋਕਾਂ ਨੂੰ ਕੁਝ ਇਲਾਕਿਆਂ 'ਚ ਬਾਹਰ ਨਾ ਜਾਣ ਦੇ ਲਈ ਕਿਹਾ ਹੈ ਚੰਡੀਗੜ੍ਹ ਪੁਲਿਸ ਨੇ ਪਿੰਡ ਕਿਸ਼ਨਗੜ੍ਹ ਦੇ ਵਿੱਚ ਸੁਖਨਾ ਤੇ بڑے ਪੁਲ ਦੇ ਉੱਪਰ ਸ਼ਾਸਤਰੀ ਨਗਰ ਸੀਟੀਯੂ ਵਰਕਸ਼ਾਪ ਤੇ ਮੱਖਣ ਮਜਾਰਾ ਦੇ ਕੋਲ ਰਸਤਾ ਬੰਦ ਕਰ ਦਿੱਤਾ ਸੀ ਜਦੋਂ ਤੱਕ ਪਾਣੀ ਦਾ ਪੱਧਰ ਨਹੀਂ ਘਟਦਾ ਉਦੋਂ ਤੱਕ ਇਸ ਨੂੰ ਬੰਦ ਕਰਨ ਦੀ ਗੱਲ ਕਹੀ ਗਈ ਸੀ ਦੱਸਦੀ ਹੈ ਕਿ ਸੁਖਨਾ ਦੇ ਵਿੱਚ ਪਿਛਲੇ ਦਿਨੀ ਪਾਣੀ ਦਾ ਪੱਧਰ ਵਧਣ ਕਾਰਨ ਇਸ ਤੇ ਫਲੱਡ ਗੇਟ ਖੋਲਣੇ ਪਏ ਇਸ ਕਾਰਨ ਬਾਪੂ ਧਾਨ ਤੇ ਮਨੀ ਮਾਜਰਾ ਨੂੰ ਜਾਂਦੇ ਰਸਤੇ ਤੇ ਪਾਣੀ ਦਾ ਪੱਧਰ ਵਧਣ ਕਾਰਨ ਪੁਲ ਟੁੱਟ ਗਿਆ ਪੁਲ ਦੇ ਨਾਲ ਹੀ ਮਨੀ ਮਾਜਰਾ ਨੂੰ ਜਾਂਦੀ ਪਾਣੀ ਦੀ ਲਾਈਨ ਵੀ ਟੁੱਟ ਗਈ ਇਸ ਨੂੰ ਨਗਰ ਨਿਗਮ ਚੰਡੀਗੜ੍ਹ ਨੇ ਠੀਕ ਕਰ ਦਿੱਤਾ ਜਲਦੀ ਹੀ ਮਨੀ ਮਾਜਰਾ ਵਿੱਚ ਪਾਣੀ ਦੀ ਸਪਲਾਈ ਸ਼ੁਰੂ ਕਰ ਦਿੱਤੀ ਜਾਏਗੀ ਉਧਰ ਮੌਸਮ ਵਿਭਾਗ ਨੇ ਚੰਡੀਗੜ੍ਹ ਤੇ ਪੰਜਾਬ ਦੇ 5 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਵੀ ਕੀਤਾ ਸੀ ਬੰਬਈ ਦੇ ਵਿੱਚ ਟ੍ਰੈਫਿਕ ਪੁਲਿਸ ਕੰਟਰੋਲ ਰੂਮ ਨੂੰ 26/11 ਹਮਲੇ ਵਰਗਾ ਅਤਵਾਦੀ ਹਮਲਾ ਕਰਨ ਲਈ ਧਮਕੀ ਭਰਿਆ ਫੋਨ ਆਇਆ ਹੈ ਧਮਕੀ ਦੇਣ ਵਾਲੇ ਵਿਅਕਤੀ ਨੇ ਉਰਦੂ ਭਾਸ਼ਾ ਚ ਕਿਹਾ ਕਿ ਜਸੀਮਾ ਹੈਦਰ ਵਾਪਸ ਨਾ ਆਏ ਤਾਂ ਭਾਰਤ ਬਰਬਾਦ ਹੋਏਗਾ ਫੋਨ ਕਰਨ ਵਾਲੇ ਨੇ 26/11 ਵਰਗਾ ਅਤਵਾਦੀ ਹਮਲਾ ਕਰਨ ਦੀ ਧਮਕੀ ਦਿੱਤੀ ਅਤੇ ਕਿਹਾ किसदे जिम्मेवारी ਦੇ ਵਿੱਚ ਉੱਤਰ ਪ੍ਰਦੇਸ਼ ਸਰਕਾਰ ਹੋਏਗੀ ਜਾਣਕਾਰੀ ਦੇ ਅਨੁਸਾਰ ਇੱਕ ਕਾਲ 12 ਜੁਲਾਈ ਨੂੰ ਬੰਬਈ ਪੁਲਿਸ ਦੇ ਕੰਟਰੋਲ ਰੂਮ ਨੂੰ ਮਿਲੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬੰਬਈ ਪੁਲਿਸ ਅਤੇ ਕ੍ਰਾਈਮ ਬ੍ਰਾਂਚ ਦੀ ਟੀਮ ਜਾਂਚ ਕਰ ਰਹੀ ਹੈ ਮਹਤਮਪੂਰਨ ਗੱਲ ਇਹ ਹੈ ਕਿ ਸੀਮਾ ਹੈਦਰ ਅਤੇ ਸਚਿਨ ਮੀਨਾ ਦੀ ਦੋਸਤੀ ਆਨਲਾਈਨ ਗੇਮਿੰਗ ਰਾਹੀਂ ਹੋਈ ਸੀ ਜੋ ਬਾਅਦ ਵਿੱਚ ਪਿਆਰ 'ਚ ਬਦਲ ਗਈ ਇਸ ਤੋਂ ਬਾਅਦ ਸੀਮਾ ਹੈਦਰ ਬਿਨਾਂ ਵੈਤ ਦਸਤਾਵੇਜ਼ ਦੇ ਭਾਰਤ ਵਿੱਚ ਦਾਖਲ ਹੋਈ ਤੇ ਹੁਣ ਆਪਣੇ ਬॉयफ्रेंड ਸਚਿਨ ਨਾਲ ਗ੍ਰੇਟਰ ਨੌਇਡਾ ਚ ਰਹਿ ਰਹੀ ਹੈ ਸੀਮਾ ਹੈਦਰ ਪਾਕਿਸਤਾਨ ਦੇ ਸਿੰਧ ਸੂਬੇ ਦੇ ਜੈਸਮਾਬਾਦ ਦੀ ਰਹਿਣ ਵਾਲੀ ਹੈ ਉਸ ਦਾ ਵਿਆਹ ਸਾਲ 2014 ਚ ਗੁਲਾਮ ਰਜ਼ਾ ਨਾਲ ਹੋਇਆ ਉਸ ਦੇ ਚਾਰ ਬੱਚੇ ਨੇ 2019 ਚ ਗੁਲਾਮ ਹੈਦਰ ਕੰਮ ਦੇ ਸਿਲਸਿਲੇ ਚ ਸਾਊਦੀ ਅਰਬ ਚਲਾ ਗਿਆ ਇਸ ਤੋਂ ਬਾਅਦ ਦੋਵਾਂ ਦੀ ਮੁਲਾਕਾਤ ਨੇਪਾਲ ਚ ਹੋਈ ਸੀਮਾ ਦਾ ਦਾਅਵਾ ਹੈ ਕਿ ਦੋਵਾਂ ਨੇ ਨੇਪਾਲ ਦੇ ਹੀ ਇੱਕ ਮੰਦਿਰ ਚ ਵਿਆਹ ਕਰਵਾ ਲਿਆ ਜਿਸ ਤੋਂ ਬਾਅਦ ਉਹ ਪਾਕਿਸਤਾਨ ਪਰਤ ਗਈ ਸੀਮਾ ਸਚਿਨ ਨਾਲ ਰਹਿਣਾ ਚਾਹੁੰਦੀ ਸੀ ਇਸ ਲਈ ਉਹ 10 ਮਈ ਨੂੰ ਆਪਣੇ ਚਾਰਾਂ ਬੱਚਿਆਂ ਨਾਲ ਕਰਾਚੀ ਤੋਂ ਸ਼ਾਰਜਾ ਪਹੁੰਚ ਗਈ ਫਿਰ ਇੱਥੋਂ ਫਲਾਈਟ ਰਾਹੀਂ ਕਟਮੰਡੂ ਪਹੁੰਚੇ ਨਿੱਜੀ ਵਾਹਨ ਰਾਹੀਂ ਕਟਮੰਡੂ ਤੋਂ ਪੋਖਰਾ ਪਹੁੰਚੇ ਪੋਖਰਾ ਤੋਂ ਦਿੱਲੀ ਲਈ ਬੱਸ ਫੜੀ ਅਤੇ 13 ਮਈ ਨੂੰ ਸੀਮਾ ਨੌਇਡਾ ਪਹੁੰਚੀ ਇੱਥੋਂ ਸਚੀ ਨੂੰ ਸੂ ਰਾਬੂਪੂਰਾ ਇਲਾਕੇ ਲੈ ਆਇਆ ਦੋਵੇਂ ਕਿਰਾਏ ਦੇ ਮਕਾਨ 'ਚ ਰਹਿਣ ਲੱਗੇ ਪੁਲਿਸ ਨੂੰ ਸਰਾਗ ਮਿਲਣ ਤੋਂ ਬਾਅਦ ਦੋਵਾਂ ਨੂੰ ਕੁਝ ਦਿਨਾਂ ਲਈ ਗ੍ਰਿਫਤਾਰ ਕੀਤਾ ਗਿਆ ਹੁਣ ਦੋਵੇਂ ਜ਼ਮਾਨਤ 'ਤੇ ਬਾਹਰ ਨੇ ਉਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਹਨੇ ਅਮਰੀਕਾ ਦੀ ਧਰਤੀ ਤੇ ਹਮਲਾ ਕਰਨ ਲਈ ਇਤਿਆਰ ਕੀਤੀ ਨਵੀਂ ਅੰਤਰਮਹਾਦੀਪੀ ਬੈਲਿਸਟਿਕ ਮਿਜ਼ਾਈਲ ਦੇ ਦੂਜੇ ਪ੍ਰੀਖਣ ਦੀ ਨਿਗਰਾਨੀ ਕੀਤੀ ਅਤੇ ਦੇਸ਼ ਦੀ ਪਰਮਾਣੂ ਯੁੱਧ ਸਮਰੱਥਾ ਨੂੰ ਹੋਰ ਵਧਾਉਣ ਦੀ ਸੌਖਾਤੀ ਬੈਂਕ ਆਫ ਕੈਨੇਡਾ ਨੇ ਬੁੱਧਵਾਰ ਤੋਂ ਮੁਢਲੀ ਵਿਆਜ ਦਰ ਵਿੱਚ 25 ਬੇਸਿਕ ਅੰਕਾਂ ਦਾ ਵਾਅਦਾ ਕਰ ਦਿੱਤਾ ਇਹ ਪਹਿਲੀ ਵਾਰ ਹੈ ਕਿ ਇਸ ਸਦੀ ਵਿੱਚ ਜਾਂ 2005 ਤੋਂ ਬਾਅਦ ਬੈਂਕ ਦੀ ਵਿਆਜ ਦਰ 5% ਨੂੰ ਛੁਈ ਹੈ ਬੈਂਕਿੰਗ ਸੈਕਟਰ ਨਾਲ ਜੁੜੇ ਲੋਕਾਂ ਨੂੰ ਵਿਆਜ ਦਰਾਂ ਵਧਣ ਦਾ ਪਹਿਲਾ ਹੀ ਅਨੁਮਾਨ ਸੀ ਜੋ ਕਿ ਕੇਂਦਰੀ ਬੈਂਕ ਦੇ ਵਾਅਦੇ-ਵਾਦ ਸਹੀ ਸਾਬਤ ਹੋਇਆ ਜ਼ਿਕਰਯੋਗ ਹੈ ਕਿ ਕੈਨੇਡਾ ਸਰਕਾਰ ਨੇ ਪਿਛਲੇ ਮਹੀਨੇ ਹੀ 60000 ਨਵੀਆਂ ਨੌਕਰੀਆਂ ਪੈਦਾ ਕਰ ਦਿੱਤੀਆਂ ਆਰਥਿਕ ਮਾਹਿਰਾਂ ਦਾ ਅਨੁਮਾਨ ਹੈ ਕਿ ਬੈਂਕ ਨੇ ਇਹ ਕਦਮ ਪਿਛਲੇ ਮਹੀਨੇ ਲੇਬਰ ਫੋਰਸ ਸਰਵੇ ਨੂੰ ਧਿਆਨ ਵਿੱਚ ਰੱਖ ਕੇ ਚੁੱਕਿਆ ਹੈ ਬੈਂਕ ਆਫ ਕੈਨੇਡਾ ਦੇ ਇਸ ਕਦਮ ਦੇ ਨਾਲ ਹੀ ਕੈਨੇਡਾ ਦੀਆਂ ਵੱਡੀਆਂ ਮੋਰੀ ਬੈਂਕਾਂ ਜਿਨ੍ਹਾਂ ਦੇ ਵਿੱਚ TD ਬੈਂਕ ਬੈਂਕ ਆਫ ਮੌਂਟਰੀਅਲ CIBC ਰਾਇਲ ਬੈਂਕ ਆਫ ਕੈਨੇਡਾ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਆਪਣੀਆਂ ਵਿਆਜ ਦਰਾਂ ਵਿੱਚ ਕੇਂਦਰੀ ਬੈਂਕ ਦੀਆਂ ਸਿਫਾਰਿਸ਼ਾਂ ਅਨੁਸਾਰ ਵੀਰਵਾਰ ਤੋਂ ਸੋਧ ਕਰ ਲੈਣਗੇ ਕੇਂਦਰੀ ਬੈਂਕ ਦੇ ਵਿਆਜ ਦਰ ਵਿੱਚ ਵਾਧੇ ਦੇ ਐਲਾਨ ਨਾਲ ਪ੍ਰਵਾਸੀਆਂ ਲਈ ਕਰ ਲੈਣੇ ਹੋਰ ਵੀ ਮਹਿੰਗੇ ਹੋ ਗਏ ਨੇ ਲੋਕ ਪਹਿਲਾਂ ਘਰਾਂ ਦੀਆਂ ਅਸਮਾਨਚੁੰਦੀਆਂ ਕੀਮਤਾਂ ਤੋਂ ਪਰੇਸ਼ਾਨ ਪਰ ਹੁਣ ਵਿਆਜ ਦਰ ਵਧਣ ਦੇ ਨਾਲ ਲੋਕਾਂ ਨੂੰ ਵਧੇਰੇ ਮੁltਾਰਨਾ ਹੋਏਗਾ ਕੈਲੀਫੋਰਨੀਆ ਦੀ ਅਸੈਂਬਲੀ ਵੱਲੋਂ ਭਾਰਤ ਵਿੱਚ ਹੋਈ ਸਿੱਖ ਨਸਲ ਕੁਸ਼ੀ ਦੇ ਵਿਰੋਧ ਵਿੱਚ ਇੱਕ ਬਿੱਲ AJR2 ਪਾਸ ਕਰ ਦਿੱਤਾ ਗਿਆ ਹੈ ਕੈਲੀਫੋਰਨੀਆ ਨੂੰ ਪ੍ਰਤੀਨਿਧਤਾ ਕਰਦੀ ਅਮਰੀਕਾ ਦੀ ਪਹਿਲੀ ਸਿੱਖ ਅਸੈਂਬਲੀ ਮੈਂਬਰ ਡਾਕਟਰ ਜਸਮੀਤ ਕੌਰ ਬੈਂਸ ਵੱਲੋਂ ਪੇਸ਼ ਕੀਤੇ ਗਏ ਇਸ ਬਿੱਲ ਨੂੰ 100% ਦੀ ਅਸੈਂਬਲੀ ਮੈਂਬਰਾਂ ਨੇ ਆਪਣੀਆਂ ਵੋਟਾਂ ਪਾ ਕੇ ਮਾਨਤਾ ਦਿੱਤੀ ਇਸ ਬਿੱਲ ਦੇ ਕੋ-ਔਰਥਰ ਕਰਲੋਸ ਵਿਲਾ ਪੂਡੂਆ ਸਮੇਤ ਹੋਰ ਵੀ ਬਹੁਤ ਸਾਰੇ ਅਸੈਂਬਲੀ ਮੈਂਬਰਸ ਸਨ ਹਿੰਦੂ ਅਸੈਂਬਲੀ ਮੈਂਬਰ ਐਸ਼ ਕਾਲੜਾ ਨੇ ਵੀ ਇਸ ਬਿਲ ਦੇ ਹੱਕ ਵਿੱਚ ਆਪਣੀ ਵੋਟ ਦਾ ਇਸਤੇਮਾਲ ਕੀਤਾ ਇਸ ਮੌਕੇ ਭਾਰੀ ਗਿਣਤੀ ਵਿੱਚ ਸਿੱਖ ਪਾਇਚਾਰਾ ਅਸੈਂਬਲੀ ਹਾਲ ਵਿੱਚ ਹਾਜ਼ਰ ਸੀ ਇਸ ਦੌਰਾਨ ਅਸੈਂਬਲੀ ਮੈਂਬਰ ਡਾਕਟਰ ਜਸਮੀਤ ਕੌਰ ਬੈਂਚ ਨੇ ਬੋਲਦਿਆਂ ਕਿਹਾ ਕਿ 1984 ਵਿੱਚ ਭਾਰਤ ਵਿੱਚ ਹੋਈ ਸਿੱਖ ਨਸਲਕੁਸ਼ੀ ਦੌਰਾਨ ਸਿੱਖਾਂ ਤੇ ਹਮਲੇ ਕੀਤੇ ਗਏ ਉਹਨਾਂ ਨੂੰ ਜੀਉਂਦਿਆਂ ਅੱਗਾਂ ਲਾ ਕੇ ਮਾਰ ਦਿੱਤਾ ਗਿਆ ਨਵੰਬਰ 1984 ਵਿੱਚ ਤਿੰਨ ਦਿਨਾਂ ਵਿੱਚ 30000 ਤੋਂ ਵੱਧ ਸਿੱਖਾਂ ਦਾ ਕਤਲ ਕੀਤਾ ਗਿਆ ਇਸ ਨਸਲ ਖੁਸ਼ੀ ਦੌਰਾਨ ਸਿੱਖਾਂ ਦੇ ਘਰਾਂ ਕਾਰੋਬਾਰਾਂ ਗੁਰਦੁਆਰਾ ਸਹਿਵਾਨਾਂ ਨੂੰ ਨਸਲ ਖੁਸ਼ੀ ਦੌਰਾਨ ਲੁੱਟਿਆ ਗਿਆ ਜਾਂ ਨਸ਼ਟ ਕਰ ਦਿੱਤਾ ਗਿਆ ਨਵੀਂ ਦਿੱਲੀ ਦੀ ਵਿਧਵਾ ਕਲੋਨੀ ਵਿੱਚ ਅਜੇ ਵੀ ਸਿੱਖ ਔਰਤਾਂ ਨੇ ਇਸਤੇ ਹਮਲੇ ਕੀਤੇ ਗਏ ਅਤੇ ਤਸੀਹੇ ਦਿੱਤੇ ਗਏ ਇਹ ਔਰਤਾਂ ਅਜੇ ਵੀ ਦੋਸ਼ੀਆਂ ਵਿਰੁੱਧ ਇਨਸਾਫ ਦੀ ਮੰਗ ਕਰ ਰਹੀਆਂ ਨੇ ਡਾਕਟਰ ਜਸਮੀਤ ਕੌਰ ਬੈਂਚ ਨੇ ਕਿਹਾ ਕਿ ਅਮਰੀਕਾ ਵਿੱਚ ਸਿੱਖ ਭਾਈਚਾਰਾ ਨਸਲ ਕੁਸ਼ੀ ਦੇ ਸਰੀਰੀ ਅਤੇ ਮਨੋਵਿਗਿਆਨਿਕ ਸਦਮੇ ਤੋਂ ਉੱਭਰਿਆ ਨਹੀਂ ਹੈ ਅਤੇ ਸਿੱਖ ਵਿਰੋਧੀ ਨਸਲ ਕੁਸ਼ੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਇਸ ਬਿੱਲ ਨੂੰ ਅਮਰੀਕੀ ਕਾਂਗਰਸ ਵੱਲੋਂ ਵੀ ਪੇਸ਼ ਕੀਤਾ ਜਾਏਗਾ ਹੁਣੇ ਬਿੱਲ ਪੂਰਨ ਰੂਪ ਦੇ ਵਿੱਚ ਪਾਸ ਹੋਣ ਦੇ ਲਈ ਗਵਰਨਰਰ ਦੇ ਕੋਲ ਦਸਤਖਤ ਲਈ ਭੇਜਿਆ ਜਾਏਗਾ ਤਾਂ ਜੋ ਇਸ ਨੂੰ ਅਧਿਕਾਰਤ ਤੌਰ ਤੇ ਬਿੱਲ ਵਜੋਂ ਮਾਨਤਾ ਦਿੱਤੀ ਜਾ ਸਕੇ ਇਸ ਮੌਕੇ ਹਾਰੀ ਗਿਣ ਤੇ ਵਿੱਚ ਸਿੱਖ ਮੈਂਬਰ ਵੀ ਅਸੈਂਬਲੀ ਵਿੱਚ ਹਾਜ਼ਰ ਸਨ ਜਿਨ੍ਹਾਂ ਵਿੱਚ ਸਿੱਖ ਕੌਕਸ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਸਟਾਕਟਨ ਗੁਰਦੁਆਰਾ ਸਾਹਿਬ ਸਮੇਤ ਹੋਰ ਵੀ ਵੱਖ-ਵੱਖ ਗੁਰੂ ਘਰਾਂ ਦੇ ਆਗੂ ਸ਼ਾਮਲ ਸਨ ਇਨ੍ਹਾਂ ਆਗੂਆਂ ਨੇ ਇਸ ਬਿੱਲ ਦੇ ਪਾਸ ਹੋਣ ਤੇ ਵਧਾਈ ਦਿੱਤੀ ਤੇ ਅਸੈਂਬਲੀ ਮੈਂਬਰ ਡਾਕਟਰ ਜਸਮੀਤ ਕੌਰ ਵੈਂਸਦਾ ਧੰਨਵਾਦ ਕੀਤਾ ਹੈ ਹੈਲਥ ਕੈਨੇਡਾ ਵੱਲੋਂ ਕਰੰਟ ਲੱਗਣ ਦੇ ਡਰ ਤੋਂ ਡਬਲ ਯੂ ਐਮ ਐਲ ਬੀ ਕੇ 110 ਵੋਲਟਸ 5400 ਵਾਟਸ ਆਟੋਮੈਟਿਕ ਇਲੈਕਟ੍ਰਿਕ ਇਨਸਟੈਂਟ ਹੌਟ ਵਾਟਰ ਸ਼ਾਵਰ ਹੈਡ ਹੀਟਰਸ ਨੂੰ ਵਾਪਸ ਮੰਗਵਾਇਆ ਗਿਆ ਹੈ ਬੁੱਧਵਾਰ ਨੂੰ ਜਾਰੀ ਕੀਤੇ ਗਏ ਨੋਟਿਸ ਦੇ ਅਨੁਸਾਰ ਡਬਲ ਯੂ ਐਨ ਐਲਬੀ ਕੇ ਇਲੈਕਟ੍ਰਿਕ ਸ਼ਾਵਰ ਹੈਡ ਹੀਟਰਸ ਨੂੰ ਹੀ ਵਾਪਸ ਮੰਗਵਾਇਆ ਜਾ ਰਿਹਾ ਹੈ ਤੇ ਉਹ ਵੀ ਖਾਸ ਤੌਰ ਉਤੇ ਇਸ ਦੇ TP01271CAXQ ਮਾਡਲ ਨੂੰ ਵਾਪਸ ਮੰਗਵਾਇਆ ਗਿਆ ਹੈ ਇਨ੍ਹਾਂ ਹੀਟਰਸ ਦੇ ਵਿੱਚ ਇਲੈਕਟ੍ਰੀਕਲ ਵਾਇਰਿੰਗ ਹੈ ਤੇ ਇਸ ਦਾ ਹੀਟਿੰਗ ਐਲੀਮੈਂਟ ਚਲਦੇ ਹੋਏ ਪਾਣੀ ਦੇ ਬਿਲਕੁਲ ਨੇੜੇ ਹੈ ਪਰ ਇਹ ਪੂਰੀ ਤਰ੍ਹਾਂ ਸੁਰੱਖਿਅਤ ਨਹੀਂ ਹੈ ਇਸ ਕਾਰਨ ਕਿਸੇ ਵਿਅਕਤੀ ਨੂੰ ਬਿਜਲੀ ਦਾ ਝਟਕਾ ਲੱਗ ਸਕਦਾ ਹੈ ਹੈਲਥ ਏਜੰਸੀ ਦਾ ਕਹਿਣਾ ਹੈ ਕਿ ਵਾਪਸ ਮੰਗਵਾਈ ਗਈ ਪ੍ਰੋਡਕਟ ਜੋ ਕਿ ਐਮਾਜ਼ਾਨ.ca ਉੱਤੇ ਵੇਚੀ ਜਾ ਰਹੀ ਸੀ ਬਿਨਾ ਗਰਮ ਪਾਣੀ ਦੇ ਪਾਣੀ ਨੂੰ ਗਰਮ ਕਰਨ ਦੀ ਸਮਰੱਥਾ ਰੱਖਦੀ ਹੈ ਹੈਲਥ ਕੈਨੇਡਾ ਦੇ ਅਨੁਸਾਰ ਜੁਲਾਈ 2022 ਤੇ ਅਕਤੂਬਰ 2022 ਦਰਮਿਆਨ ਕੈਨੇਡਾ ਵਿੱਚ ਕੁੱਲ 16 ਹੀਟਰਜ਼ ਵੇਚੇ ਗਏ ਇਹਨਾਂ ਦਾ ਨਿਰਮਾਣ ਚੀਨ ਵਿੱਚ ਹੋਇਆ ਅਜੇ ਤੱਕ ਕਿਸੇ ਕਿਸਮ ਦੀ ਨਕਾਰਾਤਮਕ ਰਿਪੋਰਟ ਨਹੀਂ ਮਿਲੀ ਪਰ ਹੈਲਥ ਕੈਨੇਡਾ ਵੱਲੋਂ ਕੈਨੇਡੀਅਨਸ ਨੂੰ ਇਸ ਦੇ ਵਰਤੋਂ ਉੱਤੇ ਫੌਰੀ ਰੋਕ ਲਾਉਣ ਦੀ ਅਪੀਲ ਕਰ ਦਿੱਤੀ ਗਈ ਹੈ ਮੰਗਲਵਾਰ ਨੂੰ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜ਼ੇਸ਼ਨ ਨੇ ਆਖਿਆ ਹੈ ਕਿ ਕੈਨੇਡੀਅਨਸ ਨੂੰ ਇਸ ਸਾਲ ਦੇ ਅੰਤ ਵਿੱਚ ਕੋਵਿਡ-19 ਵੈਕਸੀਨ ਦੀ ਇੱਕ ਹੋਰ ਬੂਸਟਰ ਡੋਜ਼ ਲੈ ਲੈਣੀ ਚਾਹੀਦੀ ਹੈ। ਇਹ ਵੀ ਆਖਿਆ ਗਿਆ ਹੈ ਕਿ ਇਹ ਡੋਜ਼ ਉਦੋਂ ਲਈ ਜਾਵੇ ਜਦੋਂ ਪਿਛਲੀ ਡੋਜ਼ ਦੇ ਲਿਆਂ ਨੂੰ 6 ਮਹੀਨੇ ਦਾ ਸਮਾਂ ਹੋ ਗਿਆ ਹੋਵੇ। NACI ਵੱਲੋਂ ਇੱਕ ਬਿਆਨ ਜਾਰੀ ਕਰਕੇ ਆਖਿਆ ਗਿਆ ਕਿ ਕੋਵਿਡ-19 ਦੀ ਇਹ ਬੂਸਟਰ ਡੋਜ਼ SARS-CoV-2 ਵੈਰੀਐਂਟ ਤੋਂ ਬਚਾਉਂਦੀ ਹੈ ਫਾਈਜ਼ਰ, ਬਾਇਓਨੋਟੈਕ ਤੇ ਮਾਡਰਨਾ ਵੱਲੋਂ ਹੈਲਥ ਕੈਨੇਡਾ ਵੱਲੋਂ ਮਨਜ਼ੂਰੀ ਪ੍ਰਾਪਤ mRNA ਕੋਵਿਡ-19 ਵੈਕਸੀਨਸ ਦੀ ਨਵੀਂ ਫਾਰਮੂਲੇਸ਼ਨਜ਼ ਹਾਸਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ NACI ਵੱਲੋਂ ਇਹ ਸਿਫਾਰਿਸ਼ ਕੀਤੀ ਜਾ ਰਹੀ ਹੈ ਕਿ ਜਿਸ ਕਿਸੇ ਦੀ ਵੀ ਉਮਰ 5 ਸਾਲ ਤੇ ਇਸ ਤੋਂ ਵੱਧ ਹੈ ਅਤੇ ਉਸ ਦੀ ਵੈਕਸੀਨੇਸ਼ਨ ਨਹੀਂ ਕਰਵਾਈ ਗਈ ਤਾਂ ਉਸ ਨੂੰ mRNA ਵੈਕਸਿਨ ਦੀਆਂ ਬੁੱਢਲੀਆਂ ਦੋ ਡੋਜ਼ ਲਵਾਉਣੀਆਂ ਚਾਹੀਦੀਆਂ ਨੇ ਐਨਏਸੀਆਈ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਹੈ ਕਿ ਇਸ ਸਾਲ ਦੇ ਅੰਤ ਵਿੱਚ ਇਮਿਊਨਾਈਜੇਸ਼ਨ ਉਹਨਾਂ ਲਈ ਖਾਸ ਤੌਰ ਤੇ ਜ਼ਰੂਰੀ ਹੈ ਜਿਨ੍ਹਾਂ ਨੂੰ ਕੋਵਿਡ-19 ਇਨਫੈਕਸ਼ਨ ਜਾਂ ਖਤਰਨਾਕ ਬਿਮਾਰੀ ਹੋਣ ਦਾ ਜ਼ਿਆਦਾ ਡਰ ਹੈ ਇਨ੍ਹਾਂ ਗਰੁੱਪ ਦੇ ਵਿੱਚ 65 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਲੌਂਗ ਟਰਮ ਕੇਅਰ ਹੋਮਸ ਦੇ ਰੈਜ਼ੀਡੈਂਟਸ ਜਾਂ ਇੱਕ ਥਾਂ ਉੱਤੇ ਰਹਿਣ ਵਾਲੇ ਹੋਰ ਲੋਕ ਜਿਨ੍ਹਾਂ ਨੂੰ ਲੰਬੇ ਸਮੇਂ ਤੋਂ ਕੋਈ ਬਿਮਾਰੀ ਹੈ ਗਰਭਵਤੀ ਔਰਤਾਂ ਫਰਸਟ ਨੇਸ਼ਨਸ ਦੇ ਨਾਲ ਸੰਬੰਧਤ ਲੋਕ ਜ਼ਰੂਰੀ ਕਮਿਊਨਿਟੀ ਸੇਵਾਵਾਂ ਦੇਣ ਵਾਲੇ ਲੋਕ ਸ਼ਾਮਲ ਨੇ ਇੱਕ 에ਅਰ ਮਾਨਿਟਰਿੰਗ ਐਕਸਪੈਰੀਮੈਂਟ ਤੋਂ ਸਾਹਮਣੇ ਆਇਆ ਹੈ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਜਨਮ ਦੇਣ ਵਾਲੇ ਕੈਮੀਕਲਸ ਮੁਚੀ ਹੈਮਿਲਟਨ ਸਿਟੀ অন্ਟਾਰੀਓ ਨੂੰ ਗੰਦਲਾ ਕਰ ਰਹੇ ਨੇ ਇਸ ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਹੈਮਿਲਟਨ ਵਿੱਚ ਵੈਂਜ਼ੋ ਪਾਇਰੀ ਜੋ ਕਿ ਕ੍ਰੋਸੀਨ ਨਾ ਜਾਣਿਕ ਕੈਮੀਕਲ ਹੈ ਦੀ ਮਿਕਦਾਰ 온ਟਾਰੀਓ ਦੀ ਹਵਾ ਦੇ ਮਿਆਰ ਸੰਬੰਧੀ ਗਾਈਡਲਾਈਨਸ ਤੋਂ ਕਿਤੇ ਜ਼ਿਆਦਾ ਟੱਪ ਚੁੱਕੀ ਹੈ ਇੱਕ ਨਿੱਜੀ ਅਖਬਾਰ ਵਿੱਚ ਛੱਪੀ ਖਬਰ ਦੇ ਮੁਤਾਬਕ ਯੂਨੀਵਰਸਿਟੀ ਆਫ ਟੋਰਾਂਟੋ ਦੇ ਐਸੋਸੀਏਟ ਪ੍ਰੋਫੈਸਰ ਤੇ ਸਦਿਆ ਨੂੰ ਕੋ-ਆਰਡੀਨੇਟ ਕਰਨ ਵਾਲੇ 에어 ਕੁਆਲਿਟੀ ਮਾਹਿਰ ਮੈਥਿਊ ਐਮਜ਼ ਨੇ ਦੱਸਿਆ ਹੈ ਕਿ ਹਵਾ ਦੇ ਮਿਆਰ ਇੰਨਾ ਖਰਾਬ ਹੈ ਕਿ ਜਿਵੇਂ ਦਿਨ ਵਿੱਚ ਤੁਸੀਂ ਇੱਕ ਸਿਗਰਟ ਫੂਕ ਰਹੇ ਹੋਵੋ ਇਸ ਅਧਿਐਨ ਦੀ ਅਗਵਾਈ ਸਿਟੀ ਆਫ ਹੈਮਿਲਟਨ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਨੂੰ ਹੈਲਥ ਕੈਨੇਡਾ ਵੱਲੋਂ ਫੰਡ ਕੀਤਾ ਗਿਆ ਇਹ ਅਧਿਐਨ ਲਗਭਗ 2 ਸਾਲਾਂ ਤੋਂ ਚੱਲ ਰਿਹਾ ਸੀ ਇਸ ਅਰਸੇ ਦੌਰਾਨ ਹਵਾ ਦੇ ਮਿਆਰ ਤੀ ਜਾਂਚ ਕਰਨ ਦੇ ਲਈ ਹਰੇਕ ਔਰਡ ਵਿੱਚ ਤੜਕਾ ਉੱਤੇ ਲੱਗੇ ਖੰਬਿਆਂ ਉੱਤੇ 60 에ਅਰ ਮੋਨਿਟਰ ਲਾਏ ਗਏ ਮੰਗਲਵਾਰ ਰਾਤ ਨੂੰ ਇਸ ਅਧਿਐਨ ਦੇ ਨਤੀਜਿਆਂ ਉੱਤੇ ਵਿਚਾਰ ਵਟਾਂਦਰਾ ਕਰਨ ਦੇ ਲਈ ਪਬਲਿਕ ਟਾਊਨ ਹਾਲ ਦਾ ਆਯੋਜਨ ਕੀਤਾ ਗਿਆ ਇਸ ਅਧਿਐਨ ਦੇ ਵਿੱਚ ਪਾਇਆ ਗਿਆ ਹੈ ਕਿ ਬੈਂਜ਼ੋਪਾਇਰੀਨ ਅਜੀਹਾ ਕੈਮੀਕਲ ਜਿਹੜਾ ਕੁਝ ਤੱਤਾਂ ਦੇ ਸਹੀ ਢੰਗ ਨਾਲ ਨਾ ਸੜਨ ਕਾਰਨ ਪੈਦਾ ਹੁੰਦਾ ਹੈ ਪੂਰੇ ਸ਼ਹਿਰ ਵਿੱਚ ਫੈਲਿਆ ਹੋਇਆ ਹੈ ਇਸ ਸਟੀਲ ਮਿੱਲਾਂ ਦੇ ਨੇੜੇ ਵਾਲੇ ਇਲਾਕੇ ਵਿੱਚ ਹੀ ਨਹੀਂ ਮਿਲਿਆ ਸਗੋਂ ਪੂਰੇ ਸ਼ਹਿਰ ਵਿੱਚ ਪਾਇਆ ਗਿਆ ਅਮੂਮਨ ਸਟੀਲ ਮਿੱਲਾਂ ਦੇ ਲਾਗੇ ਕੈਂਸਰ ਨਾਲ ਸੰਬੰਧਿਤ ਕੈਮੀਕਲ ਪਾਇਆ ਜਾਂਦਾ ਹੈ ਨੈਸ਼ਨਲ ਲਾਇਬ੍ਰੇਰੀ ਆਫ ਮੈਡੀਸਨ ਦੇ ਅਨੁਸਾਰ ਕਾਰੀਸੋਨ ਹੋਜਣ ਦੇ ਸੰਪਰਕ ਵਿੱਚ ਆਉਣ ਨਾਲ ਫੇਫੜਿਆਂ ਤੇ ਬਲੈਡਰ ਦਾ ਕੈਂਸਰ ਹੋ ਸਕਦਾ ਹੈ ਇੱਕ ਪਾਰਕ ਵਿੱਚ ਸ਼ੁਰੇबाजी ਚ ਇੱਕ ਵਿਅਕਤੀ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਟੋਰਾਂਟੋ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਦੋ ਅਜੇ ਵੀ ਫਰਾਰ ਨੇ ਵੀਰਵਾਰ ਨੂੰ ਚੁਰੇਬਾਜ਼ੀ ਦੀ ਰਿਪੋਰਟ ਮਿਲਣ ਤੋਂ ਬਾਅਦ 2:30 ਵਜੇ ਪੁਲਿਸ ਸ਼ੇਰ ਬੋਰਨ ਤੇ ਸ਼ਟਰ ਸਟਰੀਟ ਇਲਾਕੇ 'ਚ ਪਹੁੰਚੀ ਪੈਰਾਮੈਡੀਕਸ ਨੇ ਦੱਸਿਆ ਕਿ ਉਹਨਾਂ ਵੱਲੋਂ ਇੱਕ ਵਿਅਕਤੀ ਜੋ ਕਿ ਆਪਣੇ 30ਵਿਆਂ ਦੇ ਵਿੱਚ ਸੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਪਰ ਖਤਰੇ ਤੋਂ ਬਾਹਰ ਦੱਸੀ ਜਾਂਦੀ ਹੈ ਬਾਅਦ ਵਿੱਚ ਇੱਕ ਪੁਰਸ਼ ਤੇ ਮਹਿਲਾ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਪੁਲਿਸ ਅਜੇ ਦੋ ਹੋਰ ਜਿਹੜੇ ਲੋਕ ਨੇ ਉਹਨਾਂ ਦੀ ਭਾਲ ਕਰ ਰਹੀ ਹੈ ਪੁਲਿਸ ਵੱਲੋਂ ਜਾਰੀ ਕੀਤੇ ਗਏ ਉਹਨਾਂ ਦੇ ਵੀਰਵਿਆਂ ਦੇ ਅਨੁਸਾਰ ਇੱਕ ਬਲੈਕ ਵਿਅਕਤੀ ਜਿਸ ਉਸ ਦੀ ਉਮਰ 40 ਤੋਂ 50 ਸਾਲਾਂ ਦਰਮਿਆਨ ਹੈ 5 ਫੁੱਟ 6 ਇੰਚ ਦਾ 7 ਇੰਚ ਲੰਬਾ ਹੈ ਉਸ ਦਾ ਸਰੀਰ ਭਾਰਾ ਕਾਲੇ ਨਿੱਕੇ ਵਾਲ ਨੇ ਤੇ ਉਸ ਨੇ ਨੀਲੇ ਰੰਗ ਦੀ ਸ਼ਰਟ ਨੀਲੀ ਜੀਨ ਤੇ ਕਾਲੇ ਰਨਿੰਗ ਸ਼ੂਜ਼ ਪਾਏ ਹੋਏ ਸਨ ਦੂਜਾ ਵਿਅਕਤੀ ਗੋਰਾ ਹੈ ਅਤੇ ਉਸ ਦੀ ਉਮਰ ਲਗਭਗ 30 ਸਾਲ ਦੇ ਕਰੀਬ ਹੈ ਸੰਯੁਕਤ ਰਾਸ਼ਟਰ ਦੇ ਜਰਨਲ ਸਕੱਤਰ ਐਂਟੋਨੀਓ ਗੁਟਰੇਜ਼ ਨੇ ਕਿਹਾ ਹੈ ਕਿ ਭਾਰਤ ਮੇਜ਼ਬਾਨੀ ਹੇਠ ਹੋ ਰਿਹਾ G20 ਸੰਮੇਲਨ ਕਰਜ਼ਾ ਰਾਹਤ ਤੇ ਕਾਰਵਾਈ ਕਰਨ ਅਤੇ ਆਲਮੀ ਵਿੱਤੀ ਪ੍ਰਣਾਲੀ ਚ ਸੁਧਾਰ ਕਰਨ ਦਾ ਵੱਡਾ ਮੌਕਾ ਹੈ। ਉਨ੍ਹਾਂ ਨੇ ਦੁਨੀਆਂ ਵਿੱਚ ਬਣੇ ਗੰਭੀਰ ਕਰਜ਼ਾ ਸੰਕਟ ਤੇ ਚਿੰਤਾ ਜ਼ਾਹਿਰ ਕੀਤੀ। ਆਲਮੀ ਕਰਜ਼ਿਆਂ ਬਾਰੇ ਸੰਯੁਕਤ ਰਾਸ਼ਟਰ ਦੀ ਰਿਪੋਰਟ ਜਾਰੀ ਹੋਣ ਸਮੇਂ ਸੰਬੋਧਨ ਕਰਦਿਆਂ ਗੁਟਰੇਜ਼ ਨੇ ਕਿਹਾ ਕਿ ਤਕਰੀਬਨ 3.3 ਅਰਬ ਲੋਕ ਅਜਿਹੇ ਮੁਲਕਾਂ 'ਚ ਰਹਿੰਦੇ ਨੇ ਜੋ ਸਿੱਖਿਆ ਜਾਂ ਸਿਹਤ ਨਾਲੋਂ ਵੱਧ ਰਾਸ਼ੀ ਕਰਜ਼ਿਆਂ ਦੇ ਵਿਆਸ ਤੇ ਖਰਚ ਕਰਦੇ ਨੇ। ਉਹਨਾਂ ਨੇ ਕਿਹਾ ਕਿ ਸਾਡੀ ਅੱਧੀ ਦੁਨੀਆ ਭਿਆਨਕ ਕਰਜ਼ਾ ਸੰਕਟ ਕਾਰਨ ਵਿਕਾਸ ਦੀ ਆਫਤ ਵਿੱਚ ਡੁੱਬ ਰਹੀ ਹੈ। ਉਹਨਾਂ ਨੇ ਕਿਹਾ ਕਿ ਕਿਉਂਕਿ ਇਹਨਾਂ 'ਚ ਉਹ ਵਧੇਰੇ ਅਸਥਿਰ ਕਰਜ਼ੇ ਗਰੀਬ ਦੇਸ਼ਾਂ 'ਚ ਕੇਂਦ੍ਰਿਤ ਨੇ ਇਸ ਲਈ ਇਹਨਾਂ ਨੂੰ ਆਲਮੀ ਵਿੱਤੀ ਪ੍ਰਣਾਲੀ ਲਈ ਸੰਗਠਨ ਜੋਖਮ ਪੈਦਾ ਕਰਨ ਵਾਲਾ ਨਹੀਂ ਮੰਨਿਆ ਜਾਂਦਾ। ਉਹਨਾਂ ਨੇ ਚੇਤਾਵਨੀ ਦਿੱੰਦਿਆਂ ਕਿਹਾ ਹੈ ਕਿ ਇਹ ਮ੍ਰਿਗ ਤ੍ਰਿਸ਼ਨਾ ਹੈ। ਉਹਨਾਂ ਨੇ ਕਿਹਾ ਕਿ 3.3 ਅਰਬ ਲੋਕ ਇਸ ਗੰਠਤ ਜੋਖਮ ਤੋਂ ਕਿਤੇ ਵੱਧ ਨੇ ਉਹਨਾਂ ਨੇ ਕਿਹਾ ਕਿ ਇਹ ਸਿਸਟਮ ਦੀ ناکامی ਹੈ ਅਜਿਹਾ ਲੱਗਦਾ ਹੈ ਕਿ ਬਾਜ਼ਾਰ ਨੂੰ ਹੁਣ ਤੱਕ ਕੋਈ ਨੁਕਸਾਨ ਨਹੀਂ ਹੋਇਆ ਦੁਨੀਆ ਦੇ ਕੁਝ ਸਭ ਤੋਂ ਗਰੀਬ ਦੇਸ਼ਾਂ ਨੂੰ ਆਪਣਾ ਕਰਜ਼ਾ ਭਰਨ ਜਾਪੜੇ ਲੋਕਾਂ ਦੀ ਸੇਵਾ ਕਰਨ ਦੇ ਵਿੱਚੋਂ ਇੱਕ ਬਦਲ ਚੁਣਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਆਲਮੀ ਵਿੱਤੀ ਪ੍ਰਣਾਲੀ ਵਿੱਚ ਵੱਡੇ ਸੁਧਾਰ ਰਾਤੋਂ ਰਾਤ ਨਹੀਂ ਹੋਣਗੇ ਪੰਜਾਬੀ ਦੁਨੀਆ ਦੇ ਜਿਸ ਕੋਨੇ ਵਿੱਚ ਵੀ ਗਏ ਨੇ ਉੱਥੇ ਨਾਮਣਾ ਖੱਟਿਆ ਹੈ ਇਸ ਤਰ੍ਹਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਲੜਕੇ ਲੜਕੀਆਂ ਨੇ ਵੀ ਉੱਚੇ ਅਹੁਦੇ ਹਾਸਲ ਕਰਕੇ ਪਾਈਚਾਰੇ ਦਾ ਮਾਣ ਵਧਾਇਆ ਹੈ ਹਾਲ ਹੀ ਵਿੱਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਉਦਯੋਗ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ BC ਬਿਜ਼ਨਸ ਵੱਲੋਂ 30 ਅੰਡਰ 30 ਯੰਗ ਲੀਡਰਸ 2023 ਦੇ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਇਹ ਵਕਾਰੀ ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਤਿੰਨ ਪੰਜਾਬਣਾਂ ਤੇ ਦੋ ਪੰਜਾਬੀ ਨੌਜਵਾਨ ਵੀ ਸ਼ਾਮਲ ਨੇ ਬੀਸੀ ਬਿਜ਼ਨਸ ਵੱਲੋਂ ਇਸ ਸਨਮਾਨ ਸੂਬੇ ਦੇ 30 ਸਾਲਾਂ ਤੋਂ ਘੱਟ ਉਮਰ ਦੇ ਉਹਨਾਂ ਨੌਜਵਾਨ ਲੜਕੇ ਲੜਕੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਉਦਯੋਗ ਖੇਤੀਬਾੜੀ ਟੈਕਨੋਲੋਜੀ ਸਿੱਖਿਆ ਅਤੇ ਇਨੋਵੇਸ਼ਨ ਦੇ ਖੇਤਰ ਦੇ ਵਿੱਚ ਅਹਿਮ ਯੋਗਦਾਨ ਪਾਇਆ ਹੋਏ ਸੂडान ਦੇ ਪੱਛਮੀ دارਫੁਰ ਵਿੱਚ ਸੂडान ਦੇ ਨੀਮ ਫੌਜੀ ਬਲਾਂ ਅਤੇ ਸਹਿਯੋਗੀ ਮਲੇਸ਼ੀਆ ਦੁਆਰਾ ਕਥਿਤ ਤੌਰ ਤੇ ਮਾਰੇ ਗਏ ਕਈ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸੰਯੁਕਤ ਰਾਸ਼ਟਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਭਰੋਸੇਯੋਗ ਜਾਣਕਾਰੀ ਦੇ ਅਨੁਸਾਰ ਪੱਛਮੀ ਡਾਰਫੋਰ ਸ਼ਹਿਰ ਗਾਨੀਨਾ ਨੇੜੇ ਦੋ ਕਬਰਾਂ ਦੇ ਵਿੱਚ ਘੱਟੋ ਘੱਟ 87 ਲਾਸ਼ਾਂ ਮਿਲੀਆਂ ਇਹਨਾਂ ਵਿੱਚੋਂ ਕੁਝ ਲਾਸ਼ਾਂ ਅਫਰੀਕੀ ਮਸਾਲਿਤ ਕਬੀਲੇ ਦੀਆਂ ਸਨ ਸੂਡਾਨ ਵਿੱਚ 15 ਅਪ੍ਰੈਲ ਨੂੰ ਫੌਜ ਅਤੇ ਅਰਧ ਸੈਨਿਕ ਰੈਪਿਡ ਸਪੋਰਟ ਫੋਰਸਸ ਖੁੱਲ੍ਹਿਆਂ ਮ ਇੱਕ ਦੂਜੇ ਦੇ ਆਹਮੋ ਸਾਹਮਣੇ ਆ ਗਏ ਸਨ ਉਦੋਂ ਤੋਂ ਦੇਸ਼ ਦੇ ਕਈ ਖੇਤਰਾਂ 'ਚ ਹਿੰਸਾ جاری ਹੈ ਦਾਰਫੂਰ ਵਿੱਚ ਪਿਛਲੇ 12 ਹਫ਼ਤਿਆਂ ਤੋਂ ਸੰਘਰਸ਼ ਚੱਲ ਰਿਹਾ ਅਫਰੀਕੀ ਨਸਲੀ ਸਮੂਹਾਂ ਤੇ ਆਰਐਸਐਫ ਸੈਨਿਕਾਂ ਅਤੇ ਸਹਿਯੋਗੀ ਅਰਬ ਮਿਲੀਸ਼ੀਆ ਦੁਆਰਾ ਹਮਲੇ ਕੀਤੇ ਜਾ ਰਹੇ ਨੇ ਨਸਲੀ ਹਿੰਸਾ ਨੂੰ ਹੋਰ ਤੇਜ਼ ਕਰ ਰਹੇ ਨੇ ਤਾਲਿਬਾਨ ਨੇ ਆਪਣੇ ਨਵੇਂ ਫਰਮਾਨ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਅਧਿਆਪਕ ਸਿਖਲਾਈ ਕੇਂਦਰਾਂ ਨੂੰ ਬੰਦ ਕਰ ਦਿੱਤਾ ਹੈ ਟੋਲੋ ਨਿਊਜ਼ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ ਹੈ ਅਧਿਆਪਕ ਸਿਖਲਾਈ ਕੇਂਦਰਾਂ ਨੂੰ ਬੰਦ ਕਰਨ ਦੀ ਪੁਸ਼ਟੀ ਇਨਸਟ੍ਰਕਟਰਸ ਦੁਆਰਾ ਕੀਤੀ ਗਈ ਜਿਨ੍ਹਾਂ ਨੇ ਅਫਗਾਨ ਨਿਊਜ਼ ਏਜੰਸੀ ਨਾਲ ਗੱਲ ਕੀਤੀ ਸੀ 6 ਦਿਨ ਪਹਿਲਾਂ ਪ੍ਰਕਾਸ਼ਿਤ ਪੱਤਰ ਦੇ ਵਿੱਚ ਸਿੱਖਿਆ ਮੰਤਰਾਲਾ ਨੇ ਕਿਹਾ ਸੀਗਾ ਕਿ ਸਕੂਲਾਂ ਦਾਰੁਲ ਉਲੂਮ ਅਤੇ ਮਦਰਸਿਆਂ ਵਿੱਚ ਖਾਲੀ ਅਹੁਦਿਆਂ ਨੂੰ ਭਰਨ ਦੇ ਲਈ ਅਧਿਆਪਕ ਸਿਖਲਾਈ ਕੇਂਦਰਾਂ ਦੇ ਇਨਸਟ੍ਰਕਟਰਾਂ ਅਤੇ ਸਟਾਫ ਨੂੰ ਨਿਯੁਕਤ ਕੀਤਾ ਜਾਏਗਾ ਖਾਸ ਤੌਰ ਤੇ ਪੱਤਰ ਦੇ ਵਿੱਚ ਦੱਸੇ ਗਏ ਫਰਮਾਨ ਦੇ ਆਧਾਰ ਤੇ ਕੇਂਦਰਾਂ ਨੂੰ ਭੰਗ ਕਰ ਦਿੱਤਾ ਗਿਆ ਟੋਲੋ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਭੰਗ ਕੀਤੇ ਗਏ ਸਿਖਲਾਈ ਕੇਂਦਰਾਂ ਦੇ ਇੰਸਟ੍ਰਕਟਰਾਂ ਨੇ ਆਪਣੀਆਂ ਚਿੰਤਾਵਾਂ ਜ਼ਾਹਿਰ ਕੀਤੀਆਂ ਅਤੇ ਤਾਲਿਬਾਨ ਨੂੰ ਆਪਣੇ ਫੈਸਲੇ ਦੀ ਸਮੀਖਿਆ ਕਰਨ ਦੀ ਅਪੀਲ ਕੀਤੀ ਪਰਵਾਨ دارੂਲ ਮਵਾਲੀ ਮੀਨ ਦੇ ਇੱਕ ਇੰਸਟ੍ਰਕਟਰ ਹਾਮਿਦ ਅਹਿਮਜ਼ਾਦਾ ਨੇ ਕਿਹਾ ਹੈਗਾ ਕਿ ਇੱਕ ਪੱਤਰ ਵਿੱਚ ਇੱਕ ਵਿਸ਼ੇਸ਼ ਦਿਸ਼ਾ ਨਿਰਦੇਸ਼ ਦੁਆਰਾ ਬਦ ਕਿਸਮਤੀ ਦੇ ਨਾਲ ਇੱਕ ਵਿੱਦਿਆਕ ਸੰਸਥਾ ਸਿੱਖਿਆ ਮੰਤਰਾਲੇ ਦਾ ਇੱਕ ਪ੍ਰਸ਼ਾਸਨ ਜੋ ਸਮਾਜ ਦੀ ਰੀੜ ਦੀ ਹੱਡੀ ਹੈ ਨੂੰ ਢਾ ਗਿਆ ਕੇਂਦਰਾਂ ਦੇ ਇਨਸਟ੍ਰਕਟਰਾਂ ਦੇ ਅਨੁਸਾਰ ਦੇਸ਼ ਭਰ ਵਿੱਚ ਅਧਿਆਪਕ ਸਿਖਲਾਈ ਕੇਂਦਰਾਂ ਦੁਆਰਾ ਨਿਯੁਕਤ 4000 ਤੋਂ ਵੱਧ ਅਕਾਦਮਿਕ ਇੰਕ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰ ਰਹੇ ਨੇ ਇੱਕ ਵਕਰੇ ਬਿਆਨ ਦੇ ਵਿੱਚ ਪਰਵਾਨ ਵਿੱਚ ਅਧਿਆਪਕ ਸਿਖਲਾਈ ਕੇਂਦਰ ਦੇ ਕੰਸਟਰਕਟਰ ਜ਼ਬੀ ਉੱਲਾ ਹਾਸ਼ਿਮੀ ਨੇ ਕਿਹਾ ਹੈ ਟਿਕ ਪਾਸੇ ਸਿੱਖਿਆ ਮੰਤਰਾਲਾ ਦਾਵਾ ਕਰਦਾ ਹੈ ਕਿ ਸਕੂਲ ਦੇ ਅਧਿਆਪਕ ਪੇਸ਼ੇਵਰ ਨਹੀਂ ਅਤੇ ਦੂਜੇ ਪਾਸੇ ਇਹ 4000 ਆਤਮਿਕ ਅਧਿਆਪਕਾਂ ਨੂੰ ਸਿੱਖਿਆ ਤੋਂ ਵੱਖ ਕਰਦਾ ਹੈ ਤਾਲੀਬਾਨ ਦੇ ਇਸ ਕਦਮ ਦੀ ਆਲੋਚਨਾ ਕਰਦੇ ਹੋਏ ਯੂਨੀਵਰਸਿਟੀ ਦੇ ਇੱਕ ਇਨਸਟਰక్టర్ ਫਰਹਾਦ ਇਬਰਾਰ ਨੇ ਕਿਹਾ ਕਿ ਇਹ ਅਕਲਮੰਦੀ ਦੀ ਗੱਲ ਨਹੀਂ ਹੈ ਕਿ ਹਜ਼ਾਰਾਂ ਇਨਸਟਰక్టర్ ਆਪਣੀਆਂ ਨੌਕਰੀਆਂ ਗਵਾ ਦੇਣ ਦੱਖਣੀ ਕੋਰੀਆ ਵਿੱਚ ਵੀਰਵਾਰ ਤੜਕੇ ਡੇਂਗੂ ਦੇ ਇੱਕ ਸੂਬਾਈ ਹਸਪਤਾਲ ਵਿੱਚ ਭਿਆਨਕ ਕਾਕ ਲੱਗਣ ਤੋਂ ਬਾਅਦ ਲਗਭਗ 200 ਮਰੀਜ਼ਾਂ ਨੂੰ ਬਾਹਰ ਕੱਢਿਆ ਗਿਆ ਦੱਖਣੀ ਕੋਰੀਆ ਦੇ ਫਾਇਰ ਅਧਿਕਾਰੀਆਂ ਦੇ ਹਵਾਲੇ ਨਾਲ ਜ਼ੋਨ ਹਾਪ ਨਿਊਜ਼ ਏਜੰਸੀ ਨੇ ਦੱਸਿਆ ਕੀ ਡਾਇੰਗ ਸੂਬੇ ਦੇ ਡਾਲਸੀਓ ਜ਼ਿਲ੍ਹੇ 'ਚ ਇੱਕ ਹਸਪਤਾਲ ਦੇ ਪਾਰਕਿੰਗ ਟਾਵਰ ਦੇ ਵਿੱਚ ਸਥਾਨਕ ਸਮੇਂ ਮੁਤਾਬਕ ਤੜਕੇ 3 ਵਜੇ ਅੱਗ ਲੱਗ ਗਈ। ਉਹਨਾਂ ਨੇ ਦੱਸਿਆ ਕਿ ਕਰੀਬ 170 ਫਾਇਰ ਬ੍ਰਿਗੇਡ ਅਤੇ 65 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 2 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਅਧਿਕਾਰੀਆਂ ਨੇ ਦੱਸਿਆ ਕਿ ਹਸਪਤਾਲ ਵਿੱਚੋਂ ਕੱਢੇ ਗਏ ਮਰੀਜ਼ਾਂ 'ਚੋਂ 70 ਸਾਲਾਂ ਔਰਤ ਨੇ ਦੱਸਿਆ ਕਿ ਸਾਲ ਲੈਣ ਵਿੱਚ ਤਕਲੀਫ ਹੋਣ ਕਾਰਨ ਉਸਨੂੰ ਨੇੜਲੇ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਦੇ ਮੁਤਾਬਕ ਪੁਲਿਸ ਅਤੇ ਫਾਇਰ ਬ੍ਰਿਗੇਡ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਬ੍ਰਿਟਿਸ਼ ਸਰਕਾਰ ਨੇ ਜਨਤਕ ਖੇਤਰ ਵਿੱਚ ਲੱਖਾਂ ਮੁਲਾਜ਼ਮਾਂ ਤੇ ਜੂਨੀਅਰ ਡਾਕਟਰਾਂ ਦੀ ਹੜਤਾਲ ਖਤਮ ਕਰਵਾਉਣ ਦੇ ਲਈ ਤਨਖਾਹਾਂ 'ਚ ਵਾਅਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਰਿਸ਼ੀ ਸੁੰਕ ਨੇ ਪੁਸ਼ਟੀ ਕੀਤੀ ਕਿ ਸਰਕਾਰ ਨੇ ਤਨਖਾਹ ਰਿਵਿਊ ਸੰਸਥਾ ਦੀਆਂ ਸਿਫਾਰਸ਼ਾਂ ਮੰਨ ਲਈਆਂ ਨੇ। ਇਨ੍ਹਾਂ ਸਿਫਾਰਸ਼ਾਂ ਤਹਿਤ ਪੁਲਿਸ ਮੁਲਾਜ਼ਮਾਂ ਦੀ ਤਨਖਾਹ ਵਿੱਚ 7% ਅਧਿਆਪਕਾਂ ਦੀ ਤਨਖਾਹ ਵਿੱਚ 6.5% ਤੇ ਜੂਨੀਅਰ ਡਾਕਟਰਾਂ ਦੀ ਤਨਖਾਹ 'ਚ 6% ਵਾਧਾ ਹੋਏਗਾ। ਜ਼ਿਕਰ ਯੋਗ ਹੈ ਕਿ ਜੂਨੀਅਰ ਡਾਕਟਰਸ ਨੇ ਪੰਜ ਰੋਜ਼ਾ ਹੜਤਾਲ ਸ਼ੁਰੂ ਕੀਤੀ ਸੀ ਪ੍ਰਧਾਨ ਮੰਤਰੀ ਸੁਨਕ ਨੇ ਕਿਹਾ ਕਿ ਤਨਖਾਹਾਂ 'ਚ ਵਾਅਦੇ ਨੂੰ ਅੰਤਿਮ ਸ਼ੋਹਾਂ ਦੇ ਦਿੱਤੀਆਂ ਗਈਆਂ ਨੇ ਤੇ ਇਸ ਬਾਰੇ ਹੋਰ ਕੋਈ ਗੱਲਬਾਤ ਨਹੀਂ ਹੋਏਗੀ ਕਾਬਿਲ-ਏ-ਗੌਰ ਹੈ ਕਿ ਇੰਗਲੈਂਡ ਵਿੱਚ ਕੌਮੀ ਸਿਹਤ ਸੇਵਾਵਾਂ ਦੀ ਮੌਜੂਦਾ ਹੜਤਾਲ ਨੂੰ ਹੁਣ ਤੱਕ ਦੀ ਸਭ ਤੋਂ ਲੰਬੀ ਹੜਤਾਲ ਦੱਸਿਆ ਗਿਆ ਹੈ ਤੇ ਹਜ਼ਾਰਾਂ ਡਾਕਟਰ ਤਨਖਾਹਾਂ 'ਚ 35% ਦੀ ਵਾਅਦੇ ਦੀ ਮੰਗ ਕਰ ਰਹੇ ਨੇ ਦੇਸ਼ ਦੇ ਜੂਨੀਅਰ ਡਾਕਟਰ ਜਿਨ੍ਹਾਂ ਨੇ ਮੈਡੀਕਲ ਸਕੂਲਾਂ ਵਿੱਚ ਪੜ੍ਹਾਈ ਖਤਮ ਕਰਨ ਉਪਰੰਤ ਹਾਲ ਵਿੱਚ ਆਪਣਾ ਕੈਰੀਅਰ ਸ਼ੁਰੂ ਕੀਤਾ ਹੈ ਨੇ 7 ਵਜੇ ਹੜਤਾਲ ਸ਼ੁਰੂ ਕੀਤੀ ਸੀ ਡਾਕਟਰਾਂ ਦੀ ਯੂਨੀਅਨ ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਦੇ ਆਗੂਆਂ ਡਾਕਟਰ ਰੌਬਰਟ ਤੇ ਡਾਕਟਰ ਵਿਵੇਕ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਹੜਤਾਲ ਦੌਰਾਨ ਗੱਲਬਾਤ ਲਈ ਅਗਾਊਂ ਸ਼ਰਤਾਂ ਨਾ ਰੱਖੀਆਂ ਜਾਣ ਕਾਬਿਲ ਗੌਰ ਹੈ ਕਿ ਹੋਰ ਨਾ ਦੇਸ਼ਾਂ ਵਾਂਗ ਬ੍ਰਿਟੇਨ ਪਿਛਲੇ ਕੁਝ ਤਾਲਾਂ ਤੋਂ ਮਹਿੰਗਾਈ ਦੀ ਸਮੱਸਿਆ ਦੇ ਨਾਲ ਜੂਝ ਰਿਹਾ ਹੈ ਮਹਿੰਗਾਈ ਦੀ ਸਮੱਸਿਆ ਕੋਰੋਨਾ ਕਾਲ ਦੌਰਾਨ ਤੇ ਉਸ ਮਗਰੋਂ ਰੂਸ ਵੱਲੋਂ ਯੂਕਰੇਨ ਤੇ ਕੀਤੇ ਗਏ ਹਮਲੇ ਕਾਰਨ ਪੈਦਾ ਹੋਈ ਇਹਨਾਂ ਦੋਹਾਂ ਕਾਰਨਾ ਕਰਕੇ ਊਰਜਾ ਖਾਸ ਪਦਾਰਥਾਂ ਦੀਆਂ ਕੀਮਤਾਂ ਸਮਾਨੀ ਚੜ ਗਈਆਂ ਮਹਿੰਗਾਈ ਦੀ ਦਰ ਆਪਣੇ ਸਿਖਰਲੇ ਪੱਧਰ 8.7% ਤੋਂ ਘਟ ਕੇ 8% ਆ ਗਈ ਅਤੇ ਬੈਂਕ ਆਫ ਇੰਗਲੈਂਡ ਦੇ ਦਖਲ ਦੇ ਬਾਵਜੂਦ ਮੌਜੂਦਾ ਸਮੇਂ ਮਹਿੰਗਾਈ 2% ਦੇ ਪੱਧਰ ਤੋਂ ਉੱਪਰ ਹੈ ਹਰਿਆਣਾ ਸਰਕਾਰ ਵੱਲੋਂ ਹਤਨੀ ਕੁੰਡ ਬੈਰਾਜ ਤੋਂ ਪਾਣੀ ਯਮੁਨਾ ਵਿੱਚ ਲਗਾਤਾਰ ਛੱਡੇ ਜਾਣ ਕਾਰਨ ਕੌਮੀ ਰਾਜਧਾਨੀ ਦੀਆਂ ਜ਼ਿਆਦਾਤਰ ਸੜਕਾਂ ਦਰਿਆਵਾਂ ਵਿੱਚ ਤਬਦੀਲ ਹੋ ਗਈਆਂ ਨੇ ਅਤੇ ਪਾਣੀ ਲੋਕਾਂ ਦੇ ਘਰਾਂ, ਸ਼ਮਸ਼ਾਨਘਾਟਾਂ ਅਤੇ ਹੋਰ ਥਾਵਾਂ 'ਚ ਦਾਖਲ ਹੋ ਗਿਆ ਹੈ। ਅਸੀਂ ਦਿੱਲੀ ਦੀ ਗੱਲ ਕਰ ਰਹੇ ਹਾਂ। ਹਾਲਾਤ ਇਹ ਨੇ ਕਿ ਸੁਪਰੀਮ ਕੋਰਟ ਅਤੇ ਲਾਲ ਕਿਲੇ ਤੱਕ ਹੜ ਦਾ ਪਾਣੀ ਪਹੁੰਚ ਗਿਆ ਹੈ। ਉੱਤਰ ਵਿੱਚ ਬਾਹਰੀ ਰਿੰਗ ਰੋਡ ਤੋਂ ਲੈ ਕੇ ਦੱਖਣ ਪੂਰਬੀ ਦਿੱਲੀ ਦੇ ਨੀਵੇਂ ਇਲਾਕਿਆਂ 'ਚ ਪਾਣੀ ਵੜ ਗਿਆ ਏ ਹੜ ਆਉਣ ਕਾਰਨ ਦਿੱਲੀ ਵਿੱਚ ਸਾਰੇ ਵਿਦਿਅਕ ادارے 16 ਜੁਲਾਈ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਗਿਆ ਏ ਪ੍ਰਾਈਵੇਟ ਅਦਾਰਿਆਂ ਨੇ ਆਪਣੇ ਮੁਲਾਜ਼ਮਾਂ ਨੂੰ ਵਰਕ ਫਰੋਮ ਹੋਮ ਦੇ ਲਈ ਕਿਹਾ ਹੈ ਹਾਲਤ ਇਹ ਨੇ ਕਿ ਯਮੁਨਾ ਦਾ ਪਾਣੀ ਮੁੱਖ ਮੰਤਰੀ ਅਰਵਿੰਦ ਕੇਜਰੀ ਵੱਲ ਦੀ ਸਰਕਾਰੀ ਰਿਹائش ਨੇੜੇ ਪੁੱਜ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਕੱਗਰ ਦਰਿਆ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗੱਲਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਹਰਿਆਣਾ ਨਾਲ ਪਾਣੀ ਸੰਬੰਧੀ ਉਹਨਾਂ ਦਾ ਕੇਸ ਸੁਪਰੀਮ ਕੋਰਟ 'ਚ ਹੈ ਰਾਜਸਥਾਨ ਪੰਜਾਬ ਦੇ ਪਾਣੀਆਂ 'ਚ ਆਪਣਾ ਹਿੱਸਾ ਮੰਗਦਾ ਹੈ ਇਸ ਤੋਂ ਇਲਾਵਾ ਹਿਮਾਚਲ ਪੰਜਾਬ ਨੂੰ ਆਉਣ ਵਾਲੇ ਪਾਣੀ ਤੇ ਰਾਇਲਟੀ ਦੀ ਮੰਗ ਕਰ ਰਿਹਾ ਸੀ ਹੁਣ ਹਰਿਆਣਾ ਅਤੇ ਰਾਜਸਥਾਨ ਪਾਣੀ ਲੈਣ ਤੋਂ ਇਨਕਾਰ ਕਰ ਰਹੇ ਨੇ ਹਿੰਮਤ ਹੈ ਤਾਂ ਹਿਮਾਚਲ ਆਪਣਾ ਪਾਣੀ ਰੋਕ ਲਏ ਸੀਐਮ ਮਾਨ ਨੇ ਕਿਹਾ ਕਿ ਹੁਣ ਅਸੀਂ ਇਨ੍ਹਾਂ ਸਰਕਾਰਾਂ ਨੂੰ ਕਹਿੰਦੇ ਆ ਕਿ ਲੈ ਲਓ ਪਾਣੀ ਤਾਂ ਕਹਿੰਦੇ ਨੇ ਨਾ ਅਸੀਂ ਨਹੀਂ ਲੈਣਾ ਮਤਲਬ ਅਸੀਂ ਡੁੱਬਣ ਵਾਸਤੇ ਰੱਖੇ ਹੋਏ ਆ ਹਿਮਾਚਲ ਕਹਿੰਦਾ ਸਾਨੂੰ ਦੇ ਦਿਓ ਪਾਣੀ ਤੇ ਹੁਣ ਰੋਕ ਲੈਣ ਆਪਣਾ ਪਾਣੀ ਕੱਲ ਨੂੰ ਹਰਿਆਣਾ ਰਾਜਸਥਾਨ ਕਹਿਣਗੇ ਸਾਡਾ ਇੰਨਾ ਹਿੱਸਾ ਬਣਦਾ ਤਾਂ ਮਤਲਬ ਹਿੱਸਾ ਮੰਗਣ ਵੇਲੇ ਆ ਜਾਂਦੇ ਹੋ ਡੁੱਬਣ ਵੇਲੇ ਅਸੀਂ ਇਕੱਲੇ ਉਹਨਾਂ ਨੇ ਕਿਹਾ ਕਿ ਹੁਣ ਜਿ ਹਿਮਾਚਲ ਕਹਿੰਦਾ ਹੈ ਕਿ ਅਸੀਂ ਜਿਹੜਾ ਪਾਣੀ ਦੇਵਾਂਗੇ ਉਸਤੇ ਸੈਸ ਲਵਾਵਾਂਗੇ ਤੇ ਜਿਹੜਾ ਇੰਜੋਂਦਾ ਏ ਉਹ ਤੁਹਾਡਾ ਏ ਮਾਨਣਕ ਏ ਕਿ ਹਿਮਾਚਲ ਦਾ ਕਹਿਣਾ ਕਿ ਪੰਜਾਬ ਦੇ ਪਾਣੀਆਂ ਚ ਉਹਨਾਂ ਦਾ 7.19% ਹਿੱਸਾ ਏ ਉਹ ਰਾਇਲਟੀ ਚਾਹੁੰਦੇ ਨੇ ਅਸੀਂ ਹਰਿਆਣਾ ਨੂੰ ਕਹਿ ਰਹੇ ਆ ਕਿ ਚਾਹਦਾ ਹੁਣ ਪਾਣੀ ਤਾਂ ਹਰਿਆਣਾ ਮਨਾ ਕਰ ਰਿਹਾ ਰਾਜਸਥਾਨ ਦਾ ਵੀ ਇਹੇ ਹਾਲ ਹੈ ਹਿੱਸਾ ਮੰਗਣ ਦੇ ਲਈ ਹਰ ਕੋਈ ਪਰ ਡੁੱਬਣ ਦੇ ਲਈ ਕੱਲਾ ਪੰਜਾਬ ਹੀ ਹੈ ਸੀਐਮ ਮਾਨ ਨੇ ਕਿਹਾ ਕਿ ਬੇਸ਼ੱਕ ਆਫਤ ਵੇਲੇ ਕੋਈ ਸਾਥ ਨਹੀਂ ਦੇ ਰਿਹਾ ਪਰ ਫਿਰ ਵੀ ਪੰਜਾਬ ਦਾ ਦਿਲ ਬਹੁਤ ਵੱਡਾ ਹੈ ਪੰਜਾਬ ਪੂਰੀ ਦੁਨੀਆ ਨੂੰ ਬਚਾਉਣ ਵਾਲਾ ਹੈ ਪੰਜਾਬ ਹਰ ਕਿਸੇ ਦਾ ਪੇਟ ਭਰਨ ਵਾਲਾ ਹੈ ਕੁਦਰਤੀ ਆਫਤ ਪੂਰੀ ਦੁਨੀਆ ਵਿੱਚ ਕਿਤੇ ਵੀ ਆ ਸਕਦੀ ਹੈ ਰੈੱਡ ਕ੍ਰੋਸ ਉੱਥੇ ਪਹੁੰਚੇ ਜਾਂ ਨਾ ਪਹੁੰਚੇ ਪਰ ਪੰਜਾਬੀ ਉੱਥੇ ਗੁਰੂ ਦੇ ਲੰਗਰ ਦੀ ਸੇਵਾ ਕਰਨ ਦੇ ਲਈ ਪਹੁੰਚਦੇ ਨੇ ਇਸ ਤਰ੍ਹਾਂ ਹੁਣ ਤੱਕ ਦੀਆਂ ਖਬਰਾਂ ਮੈਨੂੰ ਬਰुण ਕੌਰ ਮਾਨ ਨੂੰ ਦਿਵਾ ਗਿਆ ਤੇ ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੀਲ ਯੂਐਸਸੀ ਟੀਵੀ ਜ਼ਰੂਰ ਸਬਸਕ੍ਰਾਈਬ ਕਰੋ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ